ਫੇਸ ਟੂ ਫੇਸ ਪ੍ਰੋਗਰਾਮ ਦੇਖ ਰਹੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਕਹਿੰਦੇ ਹਨ ਕਿ ਪੱਥਰ ਤਰਾਸ਼ਣ ਨਾਲ ਰੰਬਾ ਤੇ ਮੁੰਡਾ ਜਿਹੜੇ ਚੰਡਨ ਨਾਲ ਸਿੱਧੇ ਰਹਿੰਦੇ ਆ ਤੇ ਅੱਜ ਦੀ ਜੇਕਰ ਨੌਜਵਾਨ ਪੀੜ੍ਹੀ ਦੇਖੀਏ ਤਾਂ ਉਹ ਉਸ ਜੰਗਲੀ ਹਾਥੀ ਵਾਂਗ ਹੈ ਜਿਸ ਨੂੰ ਜੇ ਸਦਾਇਆ ਜਾਵੇ ਤਾਂ ਉਹ ਉਪਯੋਗੀ ਹੈ ਜੇਕਰ ਉਸ ਨੂੰ ਸਦਾਇਆ ਨਾ ਜਾਵੇ ਵਿਗੜ ਜਾਵੇ ਤਾਂ ਉਹ ਵਿਨਾਸ਼ਕਾਰੀ ਹੋ ਸਕਦੀ ਹੈ ਜੇਕਰ ਅਸੀਂ ਦੇਖੀਏ ਕਿ ਅੱਜ ਦੀ ਨੌਜਵਾਨ ਪੀੜੀ ਦੇ ਵਿੱਚ ਨੈਤਿਕ ਕਦਰਾਂ ਕੀਮਤਾਂ ਦੀ ਘਾਟ ਹੈ ਉਹ ਆਪਣੇ ਸੱਭਿਆਚਾਰ ਤੋਂ ਆਪਣੀ ਬੋਲੀ ਤੋਂ ਆਪਣੇ ਵਿਰਸੇ ਤੋਂ ਪਾਸੇ ਹੁੰਦੀ ਜਾ ਰਹੀ ਹੈ ਅੱਜ ਇਸ ਗੰਭੀਰ ਮੁੱਦੇ ਤੇ ਚਰਚਾ ਲਈ ਮੇਰੇ ਨਾਲ ਮੌਜੂਦ ਨੇ ਡਾਕਟਰ ਮੁਹੰਮਦ ਰਫੀ ਜੋ ਕਿ ਐਡੀਪੀਆਈ ਨੇ ਕਾਲਜਸ ਦੇ ਪੰਜਾਬ ਦੇ ਤੇ ਨਾਲ ਹੀ ਉਹ ਪ੍ਰਸਿੱਧ ਲੇਖਕ ਨੇ ਤੇ ਨਾਲ ਹੀ ਉਹ ਵੱਖ-ਵੱਖ ਸੀਰੀਅਲਾਂ ਦੇ ਵਿੱਚ ਵੀ ਬਤੌਰ ਅਦਾਕਾਰ ਕੰਮ ਕਰ ਚੁੱਕੇ ਹਨ ਤੇ ਜਿਸ ਤਰ੍ਹਾਂ ਤੁਸੀਂ ਦਰਸ਼ਕ ਜਾਣਦੇ ਹੋਣਗੇ ਬੁਨਿਆਦ ਸੀਰੀਅਲ ਬੜਾ ਮਸ਼ਹੂਰ ਹੋਇਆ ਸੀ ਬੁਨਿਆਦ ਸੀਰੀਅਲ ਦੇ ਵਿੱਚ ਵੀ ਅਸੀਂ ਡਾਕਟਰ ਸਾਹਿਬ ਨੂੰ ਦੇਖਿਆ ਡਾਕਟਰ ਸਾਹਿਬ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਡਾਕਟਰ ਸਾਹਿਬ ਜਿਸ ਤਰ੍ਹਾਂ ਮੈਂ ਤੁਹਾਡਾ ਦੇਖਿਆ ਪ੍ਰੋਫਾਈਲ ਕਿ ਤੁਸੀਂ ਉਰਦੂ ਦੇ ਨਾਲ ਕਾਪੀ ਨੇੜੇੋਂ ਜੁੜੀ ਹੋ ਜੀ ਉਰਦੂ ਦੇ ਨਾਲ ਕਿਸ ਤਰ੍ਹਾਂ ਸ਼ੌਕ ਪੈਦਾ ਹੋਇਆ ਉਰਦੂ ਕੋਲ ਚਾਹਤਾ ਪਹਿਲੀ ਗੱਲ ਤਾਂ ਇਹ ਹੈ ਸੋਢੀ ਸਾਹਿਬ ਕਿ ਉਰਦੂ ਮੇਰਾ ਸਬਜੈਕਟ ਹੈ ਜੀ ਤੇ ਮੈਂਨੇ ਆਪਣੇ ਕੈਰੀਅਰ ਦਾ ਜਿਹੜਾ ਆਰੰਭ ਕੀਤਾ ਉਹ ਉਰਦੂ ਤੋਂ ਕੀਤਾ ਜੀ ਤੇ ਮੈਂ ਬਤੌਰ ਉਰਦੂ ਲੈਕਚਰਰ ਸਰਕਾਰੀ ਕਾਲਜ ਮਲੇਰਕੁਟਲਾ ਦੇ ਵਿੱਚ ਮੇਰੀ ਅਪੁਆਇੰਟਮੈਂਟ ਹੋਈ ਜੀ ਤੇ ਮੇਰੇ ਘਰ ਦਾ ਮਾਹੌਲ ਜਿਹੜਾ ਸੀਗਾ ਅਸੀਂ ਪੰਜਾਬੀ ਪਰਿਵਾਰ ਨੂੰ ਨਾਲ ਸੰਬੰਧ ਹੈ ਸਾਡਾ ਸੰਬੰਧਿਤ ਰਹੇ ਹਾਂ ਤੇ ਬਾਕੀ ਮੇਰੇ ਘਰ ਦੇ ਮਾਹੌਲ ਦੇ ਵਿੱਚ ਉਰਦੂ ਜਿਹੜਾ ਸੀ ਤਾਲੀਮ ਹੈ ਮਦਰਸੇ ਤੋਂ ਸ਼ੁਰੂ ਕੀਤੀ ਮਦਰਸੇ ਤੋਂ ਤੇ ਮੈਂ ਮੇਰੀ ਜਿਹੜੀ ਮਤਲਬ ਬੁਨਿਆਦੀ ਜਿਹੜੀ تعلیم ਹੈ ਸਿੱਖਿਆ ਹੈ ਉਹ ਮੈਂ ਇਸਲਾਮੀ ਹਾਈ ਸਕੂਲ ਮਲੇਟ ਕੋਟਲੇ ਤੋਂ ਤੇ ਜਿਹਦਾ ਉਰਦੂ ਮੀਡੀਅਮ ਉਹ ਸਕੂਲ ਹੀ ਉਰਦੂ ਮੀਡੀਅਮ ਸੀ ਮੈਂ ਉਰਦੂ ਮੀਡੀਅਮ ਸਕੂਲ ਦੇ ਵਿੱਚ ਪੜਿਆ ਤੇ ਇਸ ਕਰਕੇ ਮਤਲਬ ਮੇਰਾ ਔਰ ਉਸੇ ਤਰ੍ਹਾਂ ਫਿਰ ਮੈਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਮੈਂ ਕਮਿਸ਼ਨ ਦੇ ਥਰੂ ਮੇਰੀ ਸਿਲੈਕਸ਼ਨ ਹੋਈ ਤੇ ਮੈਂ ਲੈਕਚਰਰ ਨਿਯੁਕਤ ਹੋਇਆ ਗਵਰਨਮੈਂਟ ਕਾਲਜ ਮਲੇਕ ਕੋਟਲੇ ਦੇ ਵਿੱਚ ਡਾਕਟਰ ਜਿਸ ਤਰ੍ਹਾਂ ਮੈਂ ਗੱਲ ਕੀਤੀ ਸੀ ਕਿ ਅੱਜ ਦੀ ਨੌਜਵਾਨ ਪੀਡੀਏ ਜਿਹੜਾ ਉਸ ਪਿਛੇ ਤੇ ਆਉਣੇ ਆ ਕਿ ਨੌਜਵਾਨ ਪੀਡੀਏ ਜਿਹੜੀ ਆਪਣੇ ਸੱਭਿਆਚਾਰ ਤੋਂ ਆਪਣੀਆਂ ਨੈਤਿਕ ਕਦਰਾਂ ਕੀਮਤਾਂ ਤੋਂ ਪਟਕ ਰਹੀ ਹੈ ਨੌਜਵਾਨ ਹੈ ਜਿਹੜਾ ਉਹ ਇੱਕ ਬੱਚਾ ਹੈ ਉਹ ਕੋਰੀ ਸਲੇਟ ਹੈ ਕੀ ਤੁਸੀਂ ਸੋਚਦੇ ਹੋ ਕਿ ਉਹਨਾਂ ਦੇ ਤੇ ਜਿਹੜੀ ਸਮਾਜ ਦੀ ਛਪਾਈ ਹੁੰਦੀ ਹੈ ਉਹੀ ਸਾਡੇ ਸਾਹਮਣੇ ਆ ਰਹੀ ਹੈ ਦੇਖੋ ਗਲੇ ਹੈ ਵੀ ਜਿੱਥੇ ਤੱਕ ਮੈਂ ਮੇਰਾ ਨੌਜਵਾਨਾਂ ਨਾਲ ਮੇਰਾ ਸੰਬੰਧ ਰਿਹਾ ਹੈ ਮੇਰਾ ਫੀਲਡ ਰਿਹਾ ਹੈ ਨੌਜਵਾਨਾਂ ਦੇ ਨਾਲ ਮੈਂ ਕਾਲਜਾਂ ਦੇ ਵਿੱਚ ਨੌਜਵਾਨਾਂ ਨਾਲ ਯੂਥ ਕੋਆਰਡੀਨੇਟਰਸ ਰਿਹਾ ਮੇਰੇ ਹਿਸਾਬ ਨਾਲ ਨੌਜਵਾਨ ਪੀੜੀ ਨੂੰ ਅਗਰ ਸਹੀ ਤਰੀਕੇ ਨਾਲ ਉਹਨਾਂ ਨੂੰ ਗਾਈਡ ਕੀਤਾ ਜਾਵੇ ਜੀ ਤਾਂ ਪੋਟੈਂਸ਼ੀਅਲਿਟੀਆਂ ਦੀ ਕੋਈ ਕਮੀ ਨਹੀਂ ਜੀ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਅਸੀਂ ਲੋਕ ਜਿਹੜੀ ਸਾਡੀ ਜਨਰੇਸ਼ਨ ਸੀ ਅਸੀਂ ਲੋਕ ਮਿਹਨਤੀ ਸੀ ਜੀ ਪਰ ਇੰਟੈਲੀਜੈਂਟ ਨਹੀਂ ਸੀ ਜੀ ਨੌਜਵਾਨ ਪੀੜੀ ਜਿਹੜੀ ਹੈ ਉਹ ਇੰਟੈਲੀਜੈਂਟ ਹੈ ਪਰ ਮਿਹਨਤੀ ਨਹੀਂ ਠੀਕ ਅਗਰ ਉਹ ਦੇਖੇ ਸਿੱਧੀ ਗੱਲ ਇਹ ਹੈਗੇ ਵੀ ਦੋ ਕਦਮ ਤੇ ਮੰਜ਼ਿਲ ਹੈ ਇੱਕ ਕਦਮ ਗਲਤ ਉੱਠਿਆ ਤੇ ਉਪਰ ਕਨੇ ਤੇ ਅਗਰ ਇੱਕ ਕਦਮ ਸਹੀ ਉਠਿਆ ਤਾਂ ਉਹ ਮੰਜ਼ਿਲ ਹੈ ਅਗਰ ਨੌਜਵਾਨ ਨਾ ਪਹਿਲੀ ਗਲਤੀ ਹੈ ਮੇਰੇ ਹਿਸਾਬ ਨਾਲ ਨੌਜਵਾਨ ਅ ਲिटल ਬਿਟ ਨੌਜਵਾਨ ਜਿਹੜੇ ਨਹੀਂ ਅਜ ਦੇ ਉਹ ਥੋੜੀ ਜਿਹੀ ਇਮੋਸ਼ਨਲ ਨੇ ਜੀ ਸਾਡੇ ਜ਼ਮਾਨੇ ਦੇ ਵਿੱਚ ਅਸੀਂ ਜਿਹੜੇ ਸਕੂਲਾਂ ਚ ਪੜੇ ਆ ਤੇ ਸਾਡੇ ਮਾਪੇ ਨੇ ਜਦੋਂ ਸਾਨੂੰ ਸਕੂਲਾਂ ਦੇ ਵਿੱਚ ਛੱਡਿਆ ਉੱਥੇ ਮਾਸਟਰਾਂ ਨੂੰ ਇਹ ਗੱਲ ਕਹੀ ਵੀ ਹੱਡੀਆਂ-ਹੱਡੀਆਂ ਸਾਡੀਆਂ ਜੀ ਤੇ ਮਾਸ-ਮਾਸ ਤੁਹਾਡਾ ਠੀਕ ਤੇ ਮੇਰੇ ਖਿਆਲ ਹੈ ਵੀ ਅਸੀਂ ਉਹ ਉਹ ਪੀਰੀਅਡ ਦੇ ਵਿੱਚ ਕੰਨ ਵੀ ਫੜੇ ਨੇ ਤੇ ਡੰਡੇ ਵੀ ਖਾਦੇ ਆ ਮਾਸਟਰਾਂ ਦੇ ਤੇ ਅੱਜ ਮੇਰਾ ਖਿਆਲ ਹੈ ਕੋਈ ਮਾਸਟਰ ਇਹ ਹੌਸਲਾ ਹੀ ਨਹੀਂ ਕਰ ਸਕਦਾ ਕਿ ਕੀ ਸੇ ਬੱਚੇ ਦੇ ਘਾਨੇ ਫਰਾਦ ਦੇ ਤੇ ਉਹਦੇ ਉਹਦੇ ਕਿਉਂਕਿ ਆਪਣਾਪਣ ਜਿਹੜਾ ਸੀ ਨਾ ਸਰ ਉਹ ਆਪਣਾਪਣ ਖਤਮ ਹੋ ਰਿਹਾ ਤੇ ਜਸਟ ਬੱਚਿਆਂ ਨੂੰ ਇਹ ਗੱਲ ਦਾ ਅਹਿਸਾਸ ਹੋ ਰਿਹਾ ਹੈ ਕਿ ਇਹ ਬਲਾਜ਼ਮ ਲੋਕ ਨੇ ਇਹ ਆਪਣੀ ਆਪਣੀ ਤਨਖਾਹ ਲੈ ਰਹੀ ਨਹੀਂ ਤੇ ਸਾਨੂੰ ਪੜਾ ਰਹੇ ਨਹੀਂ ਜਿਹੜਾ ਰਿਸ਼ਤਾ ਬੁਨਿਆਦੀ ਰਿਸ਼ਤਾ ਜਿਹੜਾ ਹੈ ਜਿਹੜੀ ਰਿਸ਼ਤਿਆਂ ਤੇ ਬੁਨਿਆਦ ਸੀ ਨਾ ਮੇਰੀ ਹਿਸਾਬ ਨਾਲ ਅਧਿਆਪਕ ਬਾਪਾ ਵਰਗਾ ਨਹੀਂ ਜੀ ਅਧਿਆਪਕ ਬਾਪ ਹੁੰਦਾ ਹੈ ਠੀਕ ਔਰ ਜੇ ਇਹ ਗੱਲ ਬੱਚਿਆਂ ਦੀ ਸਮਝ ਦੇ ਵਿੱਚ ਆ ਜਵੇ ਕਲਾਸਾਂ ਦੇ ਵਿੱਚ ਵੀ ਬੱਚੇ ਜਸਟ ਮਤਲਬ ਸਿਲੇਬਸ ਖਤਮ ਕਰਾਓ ਜੀ ਆ ਕਰਾਓ ਜੀ ਆ ਕਰਾਓ ਜੀ ਅਗਰ ਕੋਈ ਬੰਦਾ ਨੈਤਿਕ ਦੀ ਨੈਤਿਕਤਾ ਦੀ ਗੱਲ ਕਰਦਾ ਤਾਂ ਬੱਚੇ ਸੁਣਨ ਲਈ ਤਿਆਰ ਹੀ ਨਹੀਂ ਜੀ ਅੱਜ ਦੀ ਜਿਹੜੀ ਪੀੜ੍ਹੀ ਹੈ ਨਵੀਂ ਜਿਹੜੀ ਪੀੜ੍ਹੀ ਹੈਗੀ ਹੈ ਸਰ ਉਹ ਉਹਨੂੰ ਨਸੀਹਤ ਨਾਲ ਇਹ ਸਮਝ ਲੋ ਵੀ ਬੈਰ ਹੈ ਜੇ ਉਹਨੂੰ ਕਹਿ ਦਈਏ ਨਾ ਵੀ ਤੈਨੂੰ ਗੋਲ ਗੱਪੇ ਨਹੀਂ ਖਾਣੇ ਤੇ ਮੇਰਾ ਖਿਆਲ ਹੈ ਜਿੱਦ ਦੇ ਵਿੱਚ ਹੋ ਸਕਦਾ ਹੈ ਗੱਲਾ ਖਰਾਬ ਕਰ ਲਵੇ ਪਰ ਰੋਜ਼ਾਨਾ ਜਾ ਕੇ ਗੋਲ ਗੱਪੇ ਜ਼ਰੂਰ ਖਾਏਗਾ ਡਾਕਟਰ ਸਾਹਿਬ ਕਿਤੇ ਨਾ ਕਿਤੇ ਆਰਥਿਕ ਨਾ ਬਰਾਬਰੀ ਹੈ ਉਹ ਵੀ ਕਾਰਨ ਹੈ ਨੌਜਵਾਨ ਦਾ ਪਟਕਣ ਤੋਂ ਨਹੀਂ ਨਹੀਂ ਆਰਥਿਕ ਨਾ ਬਰਾਬਰੀ ਦੇਖੋ ਗੱਲ ਇਹ ਹੈ ਵੀ ਜੇ ਆਪਾਂ ਹੈਨਰੀ ਜੋਰਜ ਨੇ ਇੱਕ ਪੈਰਾਡਕਸ ਆਫ ਪੋਵਰਟੀ ਦੀ ਗੱਲ ਕੀਤੀ ਹੈ ਉਹ ਉਹ ਗੱਲ ਇੰਡੀਆ ਤੇ ਵੀ ਲਾਗੂ ਹੁੰਦੀ ਹੈ ਜੀ ਮੇਰਾ ਮੇਰਾ ਸਬੰਧ ਇਕਨੋਮਿਕਸ ਨਾਲ ਵੀ ਰਿਹਾ ਹੈ ਹੈਨਰੀ ਜੋਰਜ ਇਹ ਗੱਲ ਕਹਿੰਦੇ ਕਿ ਜਿੱਥੇ ਪੇਨਸ ਇਕਨੋਮੀ ਵਧੀਆਂ ਨੇ ਉੱਥੇ ਪਲੇਜ਼ਰ ਇਕਨੋਮੀਆਂ ਵੀ ਵਧੀਆਂ ਨੇ ਦੋ ਸਾਈਡ ਨੇ ਇੱਕ ਪੇਨ ਇਕਨੋਮੀ ਹੈ ਇੱਕ ਪਲੇਜ਼ਰ ਇਕਨੋਮੀ ਹੈ ਜਿਹੜੀ ਪਲੇਜ਼ਰ ਇਕਨੋਮੀ ਹੈ ਉਹ ਸਾਡੀ ਡਿਵੈਲਪਮੈਂਟ ਹੈ ਇਹਦੇ ਵਿੱਚ ਕੋਈ ਦੋਰਾਇਆ ਨਹੀਂ ਕਿ ਸਾਡੀ ਨੈਸ਼ਨਲ ਇਨਕਮ ਵਧੀ ਹੈ ਸਾਡੀ ਪਰ ਕਾ ਪਰ ਕੈਪੀਟਾ ਇਨਕਮ ਵਧੀ ਹੈ ਸਾਡੇ ਕੋਲ ਸੋਰਸਿਸ ਵਧੇ ਨਹੀਂ ਇਹਦੇ ਵਿੱਚ ਕੋਈ ਦੋਰਾਇਆ ਨਹੀਂ ਪਰ ਬੇਰੋਜ਼ਗਾਰੀ ਜਿਹੜੀ ਪੇਨ ਇਕਨੋਮੀ ਨੂੰ ਸੀ ਕਹਨੇ ਆ ਉਹ ਹੌਲੀ-ਹੌਲੀ ਸਾਡੀ ਪਲੇਜ਼ਰ ਇਕਨੋਮੀ ਨੂੰ ਖਾ ਰਹੀ ਹੈ ਤੇ ਇਸ ਕਰਕੇ ਇਹ ਲिटल ਬਿਟ ਨੌਜਵਾਨਾਂ ਦੇ ਵਿੱਚ ਜਿਹੜੀ ਹੈ ਫ੍ਰਸਟ੍ਰੇਸ਼ਨ ਜਿਹੜੀ ਹੈਗੀ ਹੈ ਉਹ ਬਦ ਰਹੀ ਹੈ ਉਹ ਕਿਉਂਕਿ ਇੰਟੈਲੀਜੈਂਟ ਹਨ ਇਸ ਕਰਕੇ ਉਹ ਆਪਣੇ ਕੈਰੀਅਰ ਦੇ ਤੇ ਵੀ ਥੋੜਾ ਜਿਆਦਾ ਕੌਨਸ਼ੀਅਸ ਹਨ ਕਿ ਜੀ ਅਗਰ ਇਹ ਗੱਲ ਅਸੀਂ ਉਹਨਾਂ ਨੂੰ ਦੱਸ ਦਈਏ ਵੀ ਕੋਈ ਐਸੀ ਗੱਲ ਨਹੀਂ ਸਿਤਾਰੋਂ ਸੇ ਅੱਗੇ ਜਹਾਂ ਹੋਰ ਵੀ ਐ ਅਭੀ ਇਸਕੇ ਇਮਤਿਹਾਨ ਹੋਰ ਵੀ ਐ ਵੀ ਕੋਈ ਗੱਲ ਨਹੀਂ ਅਜੇ ਤੱਕ ਤੁਸੀਂ ਇਮਤਿਹਾਨ ਪਾਸ ਕਰ ਦੁੱਜੀ ਗੱਲ ਜਿਹੜੀ ਸਭ ਤੋਂ ਵੱਡੀ ਮੈਂ ਮਹਿਸੂਸ ਕਰ ਰਿਹਾ ਵੀ ਅੱਜ ਦਾ ਨੌਜਵਾਨ ਚਾਹੇ ਉਹ ਘਰ ਐ ਚਾਹੇ ਸਕੂਲ ਐ ਚਾਹੇ ਫਰੈਂਡ ਸਰਕਲ ਐ ਜੀ ਅੱਜ ਦਾ ਨੌਜਵਾਨ ਇਹ ਐਕਸਪੈਕਟ ਕਰਦਾ ਕਿ ਮੇਰੀ ਗੱਲ ਜਿਹੜੀ ਆ ਉਹ ਕੱਟੀ ਨਾ ਜਾਵੇ ਠੀਕ ਅਗਰ ਅਧਿਆਪਕਾਂ ਨੂੰ ਕੋਈ ਗੱਲ ਕਹਿੰਦੇ ਵੀ ਤੂੰ ਕਾਕਾ ਤੂੰ ਸਿੱਧਾ ਹੋ ਕੇ ਕਲਾਸ ਚ ਬੈਠ ਦਾ ਉਹ ਮਾਈਂਡ ਕਰਦੇ ਉਹਦੇ ਮਾਈਂਡ ਕਰਨ ਦੇ 10000 ਤਰੀਕੇ ਨੇ ਜੀ ਕੋਈ ਕਈ ਵਿਦਿਆਰਥੀ ਨੇ ਜਿਹੜੇ ਜੇ ਮਾਪੇ ਮਤਲਬ ਤੁਸੀਂ ਇਮੇਜਿਨ ਕਰੋ ਮੈਂ ਐਗਜ਼ਾਮਪਲ ਆਮ ਤੌਰ ਤੇ ਗੱਲ ਕਲਾਸਾਂ ਦੇ ਵਿੱਚ ਸਕੂਲਾਂ ਦੇ ਵਿੱਚ ਆਮ ਤੌਰ ਤੇ ਐਗਜ਼ਾਮਪਲ ਦਿੰਦਾ ਬੱਚਿਆਂ ਨੂੰ ਜਾ ਕੇ ਵੀ ਤਿੰਨ ਬੱਚੇ ਨੇ ਜੀ ਤਿੰਨ ਬੱਚਿਆਂ ਨੇ ਆਪਣੇ ਕਾਲਜ ਦੇ ਵਿੱਚ ਆਪਣੇ ਸਕੂਲ ਦੇ ਵਿੱਚ ਕੋਈ ਗਲਤੀ ਕੀਤੀ ਠੀਕ ਉਹਨਾਂ ਨੇ ਗਲਤੀ ਕਰਤੀ ਗਲਤੀ ਕੁਝ ਵੀ ਹੋ ਸਕਦੀ ਹੈ ਛੋਟੀ ਵੀ ਹੋ ਸਕਦੀ ਹੈ ਵੱਡੀ ਵੀ ਹੋ ਸਕਦੀ ਹੈ ਤੇ ਅਧਿਆਪਕ ਨੇ ਜਾਂ ਪ੍ਰੋਫੈਸਰ ਨੇ ਉਹਨੂੰ ਡਾਂਟ ਤਾ ਤਿੰਨਾਂ ਨੂੰ ਤਿੰਨਾਂ ਨੂੰ ਡਾਂਟਿਆ ਜੀ ਇੱਕ ਬੱਚਾ ਕਹਿ ਰਿਹਾ ਵੀ ਮੈਂ ਤਾਂ ਇਹ ਸਕੂਲ ਜਾਂ ਕਾਲਜ ਰਹਿ ਨਹੀਂ ਮੈਂ ਤਾਂ ਇੱਥੇ ਰਹਿ ਨਹੀਂ ਮੈਂ ਤਾਂ ਮੈਂ ਤਾਂ ਇਹ ਕਾਲਜ ਛੱਡੂਗਾ ਮੈਂ ਸਕੂਲ ਛੱਡੂਗਾ ਇੱਕ ਬੱਚਾ ਕਹਿ ਰਿਹਾ ਦੂਜਾ ਕਹਿ ਰਿਹਾ ਕੋਈ ਗੱਲ ਨਹੀਂ No problem at all ਜਿੱਥੇ ਕਿਤੇ ਮੌਕੇ ਮਿਲਿਆ ਸੁੱਲ ਜਾਗੇ ਤੁਸੀਂ ਇਮੇਜਿਨ ਕਰੋ ਇੱਕ ਬੱਚਾ ਕੁਇਟ ਦੇ ਮੂਡ 'ਚ ਹੈ ਤੇ ਦੂਜਾ ਬੱਚਾ ਕੁਆਰਲ ਕੁਆਰਲ ਦੇ ਮੂਡ 'ਚ ਹੈ ਤੇ ਇੱਕ ਬੱਚੇ ਨੂੰ ਪੁੱਛਿਆ ਹਾਂ ਵੀ ਤੂੰ ਉਹ ਕਹਿੰਦਾ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਮੇਰੇ ਮੇਰੇ ਪਾਪਾ ਵੀ ਮੇਰੇ ਮਾਮਾ ਵੀ ਮੈਨੂੰ ਐਦਾਂ ਹੀ ਝਿੜਕਦੇ ਨੇ ਜੀ ਦੇਖੋ ਸਿਚੁਏਸ਼ਨ ਇਜ਼ ਦ ਸੇਮ ਸੇਮ ਸਿਚੁਏਸ਼ਨ ਹੈ ਟੀਚਰ ਨੇ ਉਹਨਾਂ ਨੂੰ ਸੇਮ ਤਰੀਕੇ ਦੇ ਨਾਲ ਸਲਾਬ ਕੀਤਾ ਹੈ ਸੇਮ ਐਟਮਾਸਫੀਅਰ ਹੈ ਇੱਕ ਬੱਚਾ ਕੁਇਟ ਦੇ ਮੂਡ 'ਚ ਹੈ ਇੱਕ ਬੱਚਾ ਕੁਆਰਲ ਲੜਨ ਦੇ ਮੂਡ 'ਚ ਹੈ ਤੇ ਇੱਕ ਬੱਚਾ ਕਹਿੰਦਾ ਨੋ ਪ੍ਰੋਬਲਮ ਐਟ 올 ਮੇਰੇ ਪਾਪਾ ਵੀ ਮੇਰੇ ਮਾਮਾ ਵੀ ਮੈਨੂੰ ਇਦਾਂ ਹੀ ਛਿੜਕਦੇ ਨੇ ਉਹਦੇ ਯਾਦ ਵੀ ਨਹੀਂ ਇਸ ਕਰਕੇ ਅਸਲੀ ਗਲਤ ਇਹ ਹੈ ਵੀ ਅਗਰ ਅਸੀਂ ਆਪਣੀ ਕਮਿੰਗ ਜਨਰੇਸ਼ਨ ਜਿਹੜੀ ਹੈਗੀ ਆਉਣ ਵਾਲੀ ਪੀੜੀ ਨਵੀਂ نسل ਨੂੰ ਇਮੋਸ਼ਨਲ ਹੋਣ ਤੋਂ ਬਚਾ ਲਈਏ ਜੀ ਤਾਂ ਮੇਰਾ ਖਿਆਲ ਹੈ ਬਹੁਤ ਵਧੀਆ ਰਿਜ਼ਲਟ ਜਿਹੜੀ ਨਹੀਂ ਉਹ ਸਾਹਮਣੇ ਆਉਣਗੇ ਦਰਸਭ ਕਿਤੇ ਨਾ ਕਿਤੇ ਜਿਹੜਾ ਪੱਛਮੀ ਸਭਿਆਤਾ ਦਾ ਅਸਰ ਜਿਹੜਾ ਵਧਿਆ ਹੈ ਕਿ ਉਹ ਵੀ ਕਾਰਨ ਹੈ ਕਿ ਉਹਨਾਂ ਦੇ ਕਰਕੇ ਜਿਹੜੀ ਅਸੀਂ ਆਪਣੀ ਸਭਿਆਤਾ ਨੌਜਵਾਨ ਪੀੜ੍ਹੀ ਉਹ ਭੁੱਲ ਗਈ ਹੈ ਬਿਲਕੁਲ ਦੇਖੋ ਗੱਲ ਇਹ ਹੈਗੀ ਹੈ ਵੀ ਬਾਤ ਨਿਕਲੇਗੀ ਤਾਂ ਫਿਰ ਦੂਰ ਤੱਕ ਜਾਏਗੀ ਜੀ ਗੱਲ ਇਹ ਨਹੀਂ ਮੈਂ ਤੁਸੀਂ ਇਮੇਜਿਨ ਕਰੋ ਮੈਂ ਆਪਣੀ ਕਾਲੇ ਚਿੱਟੇ ਅੱਖਰ ਮੇਰੀ ਕਿਤਾਬ ਹੈ ਉਹਦੇ ਵਿੱਚ ਮੈਂ ਲਿਖਿਆ ਹੈ ਕਿ ਮੇਰਾ ਦੇ ਰਹਿਮਾਂ ਦੇ ਰੱਖਾਂ ਦੇ ਰੱਬਾ ਮੇਰਾ ਦੇ ਰਹਿਮਾਂ ਦੇ ਰੱਖਾਂ ਦੇ ਰੱਬਾ ਕਮਜ਼ੋਰਾਂ ਨੂੰ ਆਪਣੀਆਂ ਪੱਖਾਂ ਦੇ ਰੱਬਾ ਅਸੀਂ ਵੀ ਆਪਣੇ ਅੰਦਰ ਝਾਤੀ ਮਾਰ ਲਈਏ ਸਾਨੂੰ ਵੇਖਣ ਵਾਲੀਆਂ ਅੱਖਾਂ ਦੇ ਰੱਬਾ ਅਸੀਂ ਵੀ ਆਪਣੇ ਅੰਦਰ ਝਾਤੀ ਮਾਰ ਲਈਏ ਸਾਨੂੰ ਵੇਖਣ ਵਾਲੀਆਂ ਅੱਖਾਂ ਦੇ ਰੱਬਾ ਜੇ ਹਰ ਬੰਦੇ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਵੀ ਮੈਂ ਕੀ ਆ ਜੀ ਅਗਰ ਵਿਦਿਆਰਥੀਆਂ ਦੇ ਵਿੱਚ ਇਹ ਗੱਲ ਆ ਜਾਵੇ ਕਿ ਮੈਂ ਮੈਂ ਕਿੱਥੇ ਖੜਾ ਅਗਰ ਵਿਦਿਆਰਥੀ ਆਪਣਾ ਸੈਲਫ ਐਨਲਿਸਿਸ ਕਰ ਲੈਣ ਅਗਰ ਨੌਜਵਾਨ ਪੀੜੀ ਆਪਣਾ ਸੈਲਫ ਐਨਲਿਸਿਸ ਕਰ ਲਵੇ ਮੇਰਾ ਖਿਆਲ ਹੈ ਤੁਸੀਂ ਇਮੇਜਿਨ ਕਰੋ ਇਹ ਹਾਲ ਹੈ ਅੱਜ ਦੀ ਪੀੜੀ ਦਾ ਤਾਂ ਜੇ ਜਿੱਤ ਜਾਂਦੇ ਨੇ ਤਾਂ ਵੀ ਨਸ਼ਿਆਂ ਵੱਲ ਪਾਇਦੇ ਨੇ ਬੀਜੀ ਖੁਸ਼ੀ ਦੇ ਵਿੱਚ ਜੇ ਹਾਰ ਜਾਂਦੇ ਨੇ ਤਾਂ ਵੀ ਨਸ਼ੇ ਹੋ ਜਾਂਦੇ ਉਹ ਤਾਂ ਕਹਿੰਦੇ ਨੇ ਵੀ ਅੱਜ ਜੀ ਜਿੱਤ ਗਏ ਅੱਜ ਨਾ ਜੀ ਸਾਨੂੰ ਰੋਕਿਓ ਤੇ ਅੱਜ ਅਸੀਂ ਹਾਰ ਗਏ ਤੇ ਅੱਜ ਨਾ ਜੀ ਸਾਨੂੰ ਰੋਕਿਓ ਮਤਲਬ ਇਹ ਜਿਹੜੀ ਫੀਲਿੰਗ ਹੈ ਨਾ ਐਕਚੁਅਲੀ ਕੀ ਹੈ ਉਹ ਐਸਕੇਪ ਕਰਨੀ ਮਿਹਨਤ ਕਰਨਾ ਨਹੀਂ ਚਾਹੁੰਦੇ ਤੇ ਰਾਤੋਂ ਰਾਤ ਉਹਦੇ ਰਿਜ਼ਲਟ ਭਾਲਦੇ ਨਹੀਂ امیر ਬੰਨਾ ਚਾਹੁੰਦੇ ਨਹੀਂ ਤੇ ਜਦੋਂ ਉਹਨਾਂ ਨੂੰ ਰਿਜ਼ਲਟ ਨਹੀਂ ਮਿਲਦੇ ਤਾਂ ਘਰ ਜਾਂਦੇ ਨੇ ਘਰ ਖਾਂਦੇ ਬਾਹਰ ਜਾਂਦੇ ਨੇ ਬਾਹਰ ਖਾਂਦੇ ਸਕੂਲ ਜਾਂਦੇ ਨੇ ਸਕੂਲ ਖਾਂਦੇ ਤੇ ਯੂਨੀਵਰਸਿਟੀ ਜਾਂਦੇ ਨੇ ਯੂਨੀਵਰਸਿਟੀ ਖਾਂਦੀ ਹੈ ਐਟਮਾਸਫੀਅਰ ਉਹਨਾਂ ਦੀ ਜਿਹੜੀ ਸੋਚ ਹੈ ਉਹਨਾਂ ਦੀ ਸੋਚ ਜਿਹੜੀ ਹੈ ਉਹ ਇੱਥੇ ਬੁਲੰਦ ਹੈਗੀ ਹੈ ਤੇ ਉਹਨਾਂ ਦਾ ਜਿਹੜਾ ਮਾਹੌਲ ਹੈ ਉਹਨਾਂ ਦੇ ਰਿਸੋਰਸਿਸ ਨਹੀਂ ਜਿਹੜੇ ਬੜੇ ਘੱਟ ਨੇ ਇਸ ਕਰਕੇ ਉਹ ਜਿਹੜਾ ਗੈਪ ਹੈ ਜਿਹੜਾ ਇਹ ਸਾਰਾ ਕਰਨਾ ਪੱਛਮੀ ਸਭਿਅਤਾ ਮੇਰੇ ਖਿਆਲੇ ਸਭਿਅਤਾ ਨੂੰ ਤਾਂ ਮੈਂ ਕੋਈ ਬਹੁਤ ਜ਼ਿਆਦਾ ਇੰਪੋਰਟੈਂਸ ਨਹੀਂ ਦਿੰਦਾ ਜੀ देखो मेरे हिसाब ਨਾਲ ਜੇ ਕੋਈ ਬੰਦਾ ਮੈਨੂੰ ਸਵਾਲ ਕਰੇ ਵੀ ਸભ્યਤਾ ਕੀ ਹੈ ਤਾਂ ਮੈਂ ਪਹਿਰਾਵੇ ਨੂੰ ਖਾਨ ਨੂੰ ਪੀਨ ਨੂੰ ਮੈਂ ਸભ્યਤਾ ਨਹੀਂ ਸਮਝਦਾ ਠੀਕ ਬੰਦਾ ਕਹਿੰਦਾ ਵੀ ਜੀ ਬੰਦੇ ਦੇ ਬੰਦੇ ਦੇ ਜੀ ਚਾਦਰਾਂ ਪਾਇਆ ਹੋਇਆ ਤੇ ਬੰਦੇ ਦੇ কুরਤਾ ਪਾਇਆ ਹੋਇਆ ਸਾਫਾ ਬੰਨਿਆ ਹੋਇਆ ਤੇ ਪੱਗ ਬਣੀ ਹੋਈ ਹੈ ਤੇ ਬੰਦਾ ਪੰਜਾਬੀ ਹੈ ਇਹ ਪੰਜਾਬੀ ਕਲਚਰ ਹੈ ਇੱਕ ਬੰਦਾ ਜਸਟ ਜਸਟ ਇੰਗਲੈਂਡ ਅਮਰੀਕਾ ਦੇ ਵਿੱਚ ਲੋਕ ਨੰਗੇ ਫਿਰਦੇ ਹਨ ਤੇ ਮਤਲਬ ਵੀ ਉਹ ਜੀ ਉਹਨਾਂ ਦਾ ਇਹ ਮਤਲਬ ਪਹਿਰਾਵਾ ਪਸ਼ਾਕ ਇਹ ਸભ્યਤਾ ਨਹੀਂ ਸભ્યਤਾ ਸਾਡੀ ਸੋਚ ਹੈ ਮੈਂ ਆਪਣੀ ਪੰਜਾਬੀ ਧੀਆ ਨੂੰ ਇਸ ਕਰਕੇ ਮੁਬਾਰਕਬਾਦ ਦਾ ਨਾਈਸ ਗੱਲ ਦੀ ਪੰਜਾਬੀ ਧੀ ਦਾ ਜਿਹੜਾ ਸੱਭਿਆਚਾਰ ਜਿਹੜੀ ਕੀ ਹੈ ਉਹਨਾਂ ਦਾ ਉਹ ਤੁਸੀਂ ਅੱਜ ਵੀ ਉਹ ਗੱਲ ਕਹਿ ਰਹੀਆਂ ਨੇ ਮੈਂ ਕਹਿ ਰਹੀਆਂ ਪੰਜਾਬੀ ਧੀ ਜਿਹੜੀ ਹੈ ਉਹ ਕੱਲ ਵੀ ਗਏ ਸੀ ਅੱਜ ਵੀ ਗਏ ਹੈ ਮਾਪੇ ਨੂੰ ਰੱਸਾ ਪਾ ਕੇ ਜਿੱਥੇ ਤੋਰ ਦਿੰਦੇ ਨੇ ਉਹ ਚਲੀ ਜਾਂਦੀ ਹੈ ਤੇ ਇੰਗਲੈਂਡ ਅਮਰੀਕਾ ਦੇ ਵਿੱਚ ਵੀ ਜਾ ਕੇ ਸਾਡੀਆਂ ਧੀਆ ਇਹ ਗੱਲ ਕਹਿ ਰਹੀਆਂ ਨੇ ਕਿ ਜਿੱਥੇ ਮੇਰੀ ਡੋਲੀ ਆਈ ਹੈ ਜੀ ਮੇਰੀ ਅਰਤੀ ਉਥੋਂ ਹੀ ਜਾਏਗੀ ਜੀ ਤੋ ਥਿਸ ਇਜ਼ ਥਿਸ ਇਜ਼ ਥਾ ਇਹ ਇਹਨੂੰ ਮੈਂ ਸਭਿਅਤਾ ਕਹਿੰਦਾ ਇਸ ਸੰਸਕਾਰ ਨੇ ਸਾਡੀ ਸੋਚ ਹੈ ਜਿਹੜੀ ਇਹ ਸਭਿਅਤਾ ਹੈ ਕਿਹਾ ਜਾਂ ਕੌਣ ਪਾਉਂਦਾ ਹੈ ਕੌਣ ਕੌਣ ਕੀ ਖਾਂਦਾ ਹੈ ਕੌਣ ਕੀ ਪਹਿਨਦਾ ਹੈ ਮੇਰਾ ਖਿਆਲ ਹੈ ਪੀ ਦਿਨal ਕੋਈ ਬਹੁਤ ਹੌਸਲਾ ਨਹੀਂ ਕਰਦਾ ਡਾਕਟਰ ਸਾਹਿਬ ਕਿੱਥੋਂ ਤੱਕ ਤੂੰ ਹੀ ਸੋਚ ਤੂੰ ਪਹਿਲਾਂ ਅਸੀਂ ਦੇਖਿਆ ਕਿ ਸੰਯੁਕਤ ਪਰਿਵਾਰ ਸੀ ਸਾਡੇ ਪਰਿਵਾਰਾਂ ਦੇ ਵਿੱਚ ਦਾਦੀਆਂ ਦਾਦੇ ਨਾਨੀਆਂ ਨਾਨੇ ਸੀ ਜਿਹੜੇ ਸਾਨੂੰ ਸਿੱਖਿਆ ਦਿੰਦੇ ਸੀ ਸਾਨੂੰ ਨੈਤਿਕ ਕਦਰਾਂ ਕੀਮਤਾਂ ਸਿਖਾਉਂਦੇ ਸੀ ਕੀ ਤੁਸੀਂ ਸੋਚਦੇ ਹੋ ਕਿ ਜਿਹੜੇ ਸੰਯੁਕਤ ਪਰਿਵਾਰ ਟੁੱਟ ਗਏ ਅੱਜ ਨਿਊਕਲੀਅਰ ਫੈਮਲੀਆਂ ਹੋ ਗਈਆਂ ਉਹਦੇ ਕਰਕੇ ਵੀ ਕਿਤਨਾ ਕਿਤੇ ਨਵੀਂ ਪੀੜ੍ਹੀ ਹੈ ਜਿਹੜੀ ਉਹ ਭਟਕਦੀ ਹੈ ਹਾਂ ਬਿਲਕੁਲ ਬਿਲਕੁਲ ਦੇਖੋ ਤੁਸੀਂ ਸੁਣਿਆ ਹੋਵੇਗਾ ਮੇਰੇ ਖਲੇ ਮੇਰਾ ਮੇਰਾ ਸਬਜੈਕਟ ਪੋਲ ਪੋਲਿਟੀਕਲ ਸਾਇੰਸ ਮੇਰਾ ਸਬਜੈਕਟ ਰਿਹਾ ਹੈ ਤੇ ਤੁਸੀਂ ਸੁਣਿਆ ਹੋਵੇਗਾ ਇਸ ਗੱਲ ਦਾ ਕਿ ਕਮਿਊਨਿਜ਼ਮ ਕੈਪਟਲਿਜ਼ਮ ਕਮਿਊਨਿਜ਼ਮ ਕੈਪਟਲਿਜ਼ਮ ਮਿਕਸਡ ਇਕਨੋਮੀ ਇਹ ਇਹ ਇਜ਼ਮ ਜਿਹੜੇ ਜਿੰਨੀਆਂ ਵੀ ਨੇ ਜਿਵੇਂ ਡੈਮੋਕ੍ਰੇਸੀ ਹੈ ਫੈਡਰਲ ਹੈ ਯੂਨਿਟਰੀ ਹੈ ਵਾਟਐਵਰ ਇਟ ਇਜ਼ ਸਿਮਿਲਰ ਇਜ਼ ਦ ਕੇਸ ਅਸੀਂ ਕਿਤਾਬਾਂ ਦੇ ਵਿੱਚ ਪੜਿਆ ਵੀ ਹੈ ਤੇ ਕਈ ਕਿਤਾਬਾਂ ਦੇ ਵਿੱਚ ਪੜਾਉਨੇ ਵੀ ਆ ਇੱਕ ਸਬਜੈਕਟ ਹੋਰ ਆ ਗਿਆ ਜਿਹਨੂੰ ਅਸੀਂ ਇੰਡੀਵਿਜੂਅਲਿਜ਼ਮ ਕਹਿੰਦੇ ਆ ਜੀ ਮੇਰੇ ਖਿਆਲ ਹੈ ਤੁਹਾਨੂੰ ਤੁਹਾਨੀ ਉਹਦੇ ਬਾਰੇ ਸੁਣਿਆ ਹੋਵੇਗਾ ਇੰਡੀਵਿਜੂਅਲਿਜ਼ਮ ਦਾ ਮਤਲਬ ਇਹ ਹੋਇਆ ਵੀ ਨਿੱਜੀ ਵਿਅਕਤੀ ਨੂੰ ਵੱਧ ਤੋਂ ਵੱਧ ਆਜ਼ਾਦੀ ਦਿਓ ਠੀਕ ਇਹ ਦਿਸ ਇਸ ਕਾਲਡ ਇੰਡੀਵਿਜੂਅਲਿਜ਼ਮ ਆਜ਼ਾਦੀ ਦਾ ਮਤਲਬ ਗਲਤ ਨਿਕਲ ਗਿਆ ਠੀਕ ਬੱਚੇ ਇਹ ਗੱਲ ਮਹਿਸੂਸ ਕਰਨ ਲੱਗ ਗਏ ਵੀ ਅਸੀਂ ਆਜ਼ਾਦ ਆ ਸਾਡੀ ਸੋਚ ਵੀ ਆਜ਼ਾਦ ਹੈ ਜੇ ਬਾਪ ਕਹਿੰਦਾ ਆਪਣੀ ਧੀ ਨੂੰ ਵੀ ਤੂੰ ਕਿੱਥੇ ਚਲੀ ਹੈ ਤਾਂ ਉਹ ਇਹ ਮਹਿਸੂਸ ਕਰਦੀ ਹੈ ਵੀ ਮੇਰੀ ਆਜ਼ਾਦੀ ਦੇ ਵਿੱਚ ਮੇਰਾ ਬਾਪ ਖੜਾ ਨਾ ਪਾਰਿਆ ਵੀ ਤੂੰ ਕੀ ਲੈਣਾ ਠੀਕ ਅਗਰ ਬੱਚੇ ਨੇ ਪੁੱਛਦਾ ਵੀ ਤੂੰ ਰਾਤ ਨੂੰ ਲੇਟ ਆਇਆ ਹੈ ਤਾਂ ਉਹ ਕਹਿੰਦਾ ਵੀ ਮੇਰਾ ਮੈਨੂੰ ਆਪਣੀ ਭਾਵਨਾ ਹੈ ਮੈਂ ਜਦੋਂ ਮਰਜੀ ਆਵਾਂ ਜਦੋਂ ਮਰਜੀ ਜਾਵਾਂ ਤੁਸੀਂ ਇਮੇਜਨ ਕਰੋ ਸਾਡੀ ਜਿਹੜੀ ਜਨਰੇਸ਼ਨ ਹੈ ਅਗਰ ਕਿਤੇ ਪੂਜੇ ਪਿਤਾ ਜੀ ਨੇ ਜੀ ਸਾਨੂੰ ਸਾਡੀ ਜਨਰੇਸ਼ਨ ਨੂੰ ਕਹਤਾ ਵੀ ਪੁੱਤਾਂ ਜਿੱਤੇ ਨੇ ਤੂਪੇ ਖੜਨੇ ਤਾਂ ਅਸੀਂ ਤੂਪੇ ਖੜ ਗਏ ਜੇ ਉਹਨਾਂ ਨੇ ਕਹਤਾ ਅੱবি ਅੱਜ ਪੁੱਤੇ ਨਹੀਂ ਛਾਵੇਂ ਖੜਨੇ ਤਾਂ ਅਸੀਂ ਛਾਵੇਂ ਅੱਜ ਦੀ ਜਨਰੇਸ਼ਨ ਜਿਹੜੀ ਹੈਗੀ ਹੈ ਉਹ ਮਾਪਬਾਪ ਦੀ ਗੱਲ ਜਿਹੜੀ ਹੈਗੀ ਆ ਉਹ ਦੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਇਨਡੀਵਿਜੂਅਲਿਜ਼ਮ ਜਿਹੜਾ ਵਧਿਆ ਉਹਦਾ ਮਤਲਬ ਜਿਹੜਾ ਹੈਗਾ ਉਹ ਗਲਤ ਕੱਢਿਆ ਗਿਆ ਜੀ ਦੋਸਤੋ ਮੈਂ ਤੋਂ ਵੀ ਇੱਕ ਕਿਤਾਬ ਪੜ੍ਹੀ ਜਿੰਦੇ ਤੁਸੀਂ ਸ਼ਾਇਦ ਕਿਤੇ ਸੰਯੁਕਤ ਪਰਿਵਾਰ ਬਾਰੇ ਵੀ ਟਿੱਪਣੀ ਕੀਤੀ ਹੈ ਹਾਂ ਬਿਲਕੁਲ ਬਿਲਕੁਲ ਮਤਲਬ ਉਹਦੇ ਵਿੱਚ ਤੁਸੀਂ ਇਹ ਦੇਖੋ ਮੈਂ ਆਪਣੀ ਸਤਰੰਗੇ ਡੋਰਾ ਮੇਰੀ ਕਿਤਾਬ ਹੈ ਜੀ ਉਹਦੇ ਵਿੱਚ ਮੈਂ ਲਿਖਿਆ ਹੈ ਕਿ ਅਨਪੜ ਜੀ ਇੱਕ ਸੱਸ ਨੇ ਕਰਨੂ ਬੰਨਿਆ ਸੀ ਜੀ ਅਨਪੜ ਜੀ ਇੱਕ ਸੱਸ ਨੇ ਮੇਰਾ ਖਿਆਲ ਹੈ ਜਿਹੜੀ ਸਭ ਤੋਂ ਪਹਿਲੀ ਜਨਰੇਸ਼ਨ ਸੀਗੀ ਸਾਡੀ ਜਨਰੇਸ਼ਨ ਵੀ ਜਿਹੜੀ ਸੀਗੀ ਸਾਨੂੰ ਜਿਹੜੇ ਸਾਡੇ 700ਰੇ ਮਿਲੇ ਆਲਮੋਸਟ ਅਨਪੜ ਸੀ ਜੀ ਉਹਨਾਂ ਨੇ ਸਕੂਲ ਨਾਲ ਗੋਲਿਆਂ ਦਾ ਮੂਵੀ ਨਹੀਂ ਵੇਖਿਆ ਸੀ ਤੇ ਉਹਦੇ ਪਰ ਮੈਂ ਲਿਖਿਆ ਕਿ ਅਨਪੜ ਜੀ ਇੱਕ ਸੱਸ ਨੇ ਕਰਨੂ ਬੰਨਿਆ ਸੀ ਬੀ ਐ ਨੂੰ ਨੇ ਖੇਰੂ ਖੇਰੂ ਕਰ ਦਿੱਤਾ ਕਿਉਂਕਿ ਉਹ ਪੜੀ ਲਿਖੀ ਸੀਗੀ ਇਸ ਕਰਕੇ ਉਹਨੇ ਪਹਿਲਾ ਸਵਾਲ ਇਹ ਕੀਤਾ ਵੀ ਮੇਰਾ ਜਿਹੜਾ ਬੈੱਡਰੂਮ ਹੈ ਉਹ ਅਲੱਗ ਹੋਣਾ ਚਾਹੀਦਾ ਹੈ ਤੇ ਤੁਸੀਂ ਯਕੀਨ ਕਰੋ ਕਿ ਸਰ ਪੰਜ ਭਰਾ ਚਾਰ ਭਰਾ ਤਿੰਨ ਭਰਾ ਇੱਕ ਵੱਡਾ ਕਮਰਾ ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਉਸ ਵਿੱਚ ਕੱਢਤੀ ਤੇ ਇੱਕ ਚੁੱਲ੍ਹਾ ਕਾਰਨਰ ਤੇ ਇਸ ਜਿੰਨੂ ਅਸੀਂ ਪੰਜਾਬੀ ਦੇ ਵਿੱਚ ਸਾਂਝਾ ਚੁੱਲਾ ਕਹਿੰਦੇ ਸੀਗੇ ਉਹ ਇੱਕ ਚੁੱਲਾ ਤੇ ਇੱਕ ਪਰਿਵਾਰ ਪੂਰਾ ਇੱਕ ਜ਼ਿੰਦਗੀ ਕੱਢਦੀ ਤੇ ਹੁਣ ਹੁਣ ਤਾਂ 8ਵੀਂ ਦੇ ਵਿੱਚ ਬੱਚਾ ਹੁੰਦਾ ਪਾਪਾ ਮੇਰਾ ਕਮਰਾ ਕਿਰਾਇਆ ਹੋਏਗਾ 10ਵੀਂ ਦੇ ਵਿੱਚ ਬੱਚਾ ਹੁੰਦਾ ਛੋਟਾ ਬੱਚਾ ਛੋਟਾ ਬੱਚਾ ਵੱਡੇ ਭਰਾ ਨਾਲ ਛੋਟਾ ਪਾਈ ਵੱਡੇ ਭਰਾ ਨਾਲ ਰਾਤ ਨੂੰ ਇੱਕ ਕਮਰੇ ਦੇ ਵਿੱਚ ਰਹਿਣ ਲਈ ਤਿਆਰ ਨਹੀਂ ਤੁਸੀਂ ਯਕੀਨ ਕਰੋ ਕਰਾਂਦੀਆਂ ਕਹਾਣੀਆਂ ਦੇ ਅੰਦਰ ਸੇ ਦੇਖਦਾ ਕੋਈ ਇਨਕੀ ਤਬਾਹੀਆਂ ਬਾਹਰ ਤਾਂ ਕੁਝ ਘਰੋਂ ਵਿੱਚ ਬੜਾ ਰੱਖ ਰਖਾਉ ਥਾ ਤੁਸੀਂ ਬਲੀਵ ਮੀ ਕਿ ਸਕੀਆਂ ਪਹਿਣਾ ਦੀ ਲੜਾਈ ਹੁੰਦੀ ਹੈ ਮੇਨੇ ਚੈਨਲ ਕਿਹੜਾ ਦੇਖਣਾ ਉਹ ਕੰਨੀ ਵੀ ਨਾ ਚੈਨਲ ਦੇਖਣੇ ਉਹਨਾਂ ਦਾ ਤੁਸੀਂ ਮੈਚ ਕਰੋ ਬੜੇ ਬੜੇ ਬਸ ਇਸੇ ਤਰ੍ਹਾਂ ਸੀ ਮਿਲਰ ਸਿਮਿਲਰੀ ਦੇ ਕਿ ਇਹ ਚਿਲड्रन ਕਈ ਬੱਚੇ ਕੁਝ ਕਿਹੜਾ ਆਪਣੀ ਮਰਜ਼ੀ ਦਾ ਚੈਨਲ ਦੇਖਦੇ ਨੇ ਤੇ ਇਹ ਜਿਹੜੀ ਹੈਗੀ ਉਹ ਇੰਡੀਵਿਜੂਅਲਿਜ਼ਮ ਜਿਹੜੀ ਆਈ ਹੈ ਉਹਦੇ ਪ੍ਰੋਬਲਮ ਤੁਸੀਂ ਟੈਲੀਵਿਜ਼ਨ ਆਪਣੇ ਆਪ ਇੱਕ ਟੈਲੀਵਿਜ਼ਨ ਘਰ ਦੇ ਵਿੱਚ ਹੋਣਾ ਟੈਲੀਵਿਜ਼ਨ ਹੋਣਾ ਮੈਂ ਨਹੀਂ ਕਹਿੰਦਾ ਮੁਸੀਬਤ ਹੈ ਕਿ ਨਹੀਂ ਹੈਗੀ ਪਰ ਇੱਕ ਟੈਲੀਵਿਜ਼ਨ ਹੋਣਾ ਆਪਣੇ ਆਪ ਦੀ ਇੱਕ ਮੁਸੀਬਤ ਹੈ ਕਿਉਂਕਿ ਉੱਥੇ ਅਗਰ ਤਿੰਨ ਬੱਚੇ ਨੇ ਤਾਂ ਤਿੰਨਾਂ ਦਾ ਟੇਸਟ ਜਿਹੜਾ ਹੈਗਾ ਉਹ ਅਲੱਗ ਹੈ ਉਹ ਕਹਿੰਦਾ ਮੈਂ ਨਿਆ ਚੈਨਲ ਦੇਖਣੇ ਮੈਂ ਨਿਆ ਦੇਖਣੇ ਵੀ ਨਿਆ ਵਕ ਮਤਲਬ ਸਾਨੂੰ ਐਜੂਕੇਸ਼ਨ ਜਿਹੜੀ ਹੈ ਨਾ ਉਹ ਖਰਾਬ ਐਕਚੁਅਲੀ ਕੀ ਹੈ ਮੋਰੈਲਟੀ ਦਾ ਜਿਹੜਾ ਵਿਸ਼ਾ ਨਾ ਸਰ ਨੈਤਿਕਤਾ ਦਾ ਜਿਹੜਾ ਵਿਸ਼ਾ ਇਹ ਦੋ ਸ਼ਬਦਾਂ ਤੇ ਜਿਹਨੂੰ ਆਪਾਂ ਕਹਿੰਦੇ ਆ ਆਪਾਂ ਕਹਿ ਸਕਦੇ ਆ ਇੱਕ ਤਾਂ ਹੈ ਫੈਕਟ ਜੀ ਇੱਕ ਤਾਂ ਫੈਕਟ ਹੈ ਇੱਕ ਹੈ ਵੈਲਿਊ ਇੱਕ ਫੈਕਟ ਹੈ ਇੱਕ ਵੈਲਿਊ ਹੈ ਮੈਂ ਮੈਂ ਆਮ ਆਪਣੇ ਆਪਣੇ ਮਤਲਬ ਜਿਹੜੇ ਸ਼ੁਰੂਤਿਆਂ ਨੂੰ ਇਹ ਗੱਲ ਸਮਝਾ ਰਿਹਾ ਕਿ ਇੱਕ ਫੈਕਟ ਹੈ ਤੇ ਇੱਕ ਵੈਲਿਊ ਹੈ ਫੈਕਟ ਇਹ ਹੈ ਵੀ ਬਾਪ ਜਿਹੜਾ ਆ ਕਿ ਰੋ ਜਾ ਕੇ ਦਾਰੂ ਪੀਂਦਾ ਹੈ ਜੀ ਮਾਂ ਨੂੰ ਵੀ ਕੁੱਟਦਾ ਬੱਚਿਆਂ ਵੀ ਘਟਦੇ ਉਹ ਹੌਲੀ-ਹੌਲੀ ਸਹਿ ਰਹੇ ਨੇ ਦਿੱਲੀ ਘਟਦਾ ਹੈ ਦਿੱਲੀ ਦਾ ਰੁਪਿੰਦ ਦਿੱਲੀ ਘਟਦਾ ਤੇ ਹੌਲੀ-ਹੌਲੀ ਦੋ ਪਰਾ ਜਵਾਨ ਹੋ ਗਏ ਛੋਟਾ ਕਹਿੰਦਾ ਵੱਡੇ ਭਰਾ ਨੂੰ ਕਹਿੰਦਾ ਅੱਜ ਬੁੜੇ ਨੂੰ ਆਉਣ ਦੇ ਅੱਜ ਉਹਦੇ ਪੈਣਗੇ ਜੀ ਇਫੈਕਟ ਹੈ ਇੱਕ ਕਮਿੰਗ ਜਨਰੇਸ਼ਨ ਦਾ ਇਫੈਕਟ ਹੈ ਵੱਡਾ ਕਹਿੰਦਾ ਨਾ ਓਏ ਉਹ ਜਹੇ ਜੇ ਵੀ ਨਹੀਂ ਆਪਣੇ ਪੁੱਜੇ ਪਿਤਾ ਜੀ ਨਹੀਂ ਇਹ ਵੈਲਿਊ ਹੈ ਸਾਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਵੈਲਿਊ ਦੀ ਆਪਣੀ ਮਹੱਤਤਾ ਹੈ ਫੈਕਟ ਹੈ ਬਿਲਕੁਲ ਬਿਲਕੁਲ ਫੈਕਟ ਹੈ ਮਤਲਬ ਤੇ ਆਮ ਤੌਰ ਤੇ ਸਿਆਸਤੀ ਗੱਲ ਕਹਿ ਰਹੀ ਹੈ ਕਿ ਜਿਹੜੀ ਚੀਜ਼ ਜਿਹੜੀ ਚੀਜ਼ ਵੀ ਤੁਹਾਡੇ ਰਸਤੇ ਚ ਆਉਂਦੀ ਹੈ ਜਿਹੜੀ ਚੀਜ਼ ਵੀ ਤੁਹਾਡੀ ਡਿਵੈਲਪਮੈਂਟ ਦੇ ਰਸਤੇ ਚ ਆਉਂਦੀ ਹੈ ਉਹਨੂੰ ਖਤਮ ਕਰ ਦੇ ਪਰ ਸਰ ਵੈਲਿਊ ਕਿਤੇ ਹੋਰ ਹੀ ਖੜੀ ਹੈ ਇਸ ਕਰਕੇ ਜਿੱਥੇ ਫੈਕਟ ਦੀਆਂ ਖੰਭ ਜਲਣ ਲੱਗਦੇ ਨੇ ਨਾ ਫੈਕਟ ਦੇ ਖੰਭ ਉਥੋਂ ਵੈਲਿਊ ਦੀ ਉਡਾਨਾਂ ਸ਼ੁਰੂ ਹੋਣਗੀਆਂ ਡਾਕਟਰ ਸਾਹਿਬਾ 'ਚ ਚਰਚਾ ਜਾਰੀ ਰੱਖਾਂਗੇ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਹਾਜ਼ਰ ਹੋਣੇ ਆ ਮੇਰੇ ਨਾਲ ਨੇ ਡਾਕਟਰ ਮੁਹੰਮਦ ਰਫੀ ਜਿਨ੍ਹਾਂ ਨਾਲ ਬਹੁਤ ਹੀ ਵਧੀਆ ਵਿਸ਼ੇ ਤੇ ਅਸੀਂ ਵਿਚਾਰ ਚਰਚਾ ਕਰ ਰਹੇ ਆ ਫਿਰ ਹਾਜ਼ਰ ਹੋਣੇ ਬ੍ਰੇਕ ਤੋਂ ਬਾਅਦ